ਆਮ ਆਦਮੀ ਪਾਰਟੀ ਵਿੱਚ ਪਿਛਲੇ ਦਿਨੀਂ ਇੱਕ ਵਿਵਾਦ ਜਿਹੜਾ ਸੀਗਾ ਉਹ ਸੋਸ਼ਲ ਮੀਡੀਆ 'ਤੇ ਸ਼ੁਰੂ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਸੁਖਪਾਲ ਸਿੰਘ ਖਹਿਰਾ ਟਿੱਪਣੀ ਕਰਦੇ ਨੇ ਡਾਕਟਰ ਬਲਬੀਰ ਸਿੰਘ ਨੂੰ ਲੈ ਕੇ। ਇਸ ਵੇਲੇ ਸਾਡੇ ਨਾਲ ਬਲਬੀਰ ਸਿੰਘ ਜੀ ਖੁਦ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਲਬੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਜਸਟ ਟੀਵੀ 'ਤੇ। ਆਮ ਆਦਮੀ ਪਾਰਟੀ ਜਦੋਂ ਬਣੀ ਸੀ ਸਰ, ਅਤੇ ਉਸ ਵੇਲੇ ਇਹ ਕਿਹਾ ਗਿਆ ਸੀਗਾ ਕਿ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਆਮ ਲੋਕਾਂ ਤੋਂ, ਕੋਮਨ ਮੈਨ ਤੋਂ ਪੁੱਛ ਕੇ ਕਰਾਂਗੇ, ਗ੍ਰਾਮ ਸਭਾ ਜਿਹੜੀ ਆ, ਮੁਹੱਲਾ ਸਭਾ ਬਣਾਵਾਂਗੇ, ਸਾਰਾ ਕੁਛ ਇਹ ਕਿਹਾ ਗਿਆ ਸੀਗਾ। ਇਹ ਜਿਹੜਾ ਤਾਜ਼ਾ ਵਿਵਾਦ ਹੈ, ਖਹਿਰਾ ਰਹਿਣਗੇ ਜਾਂ ਬਲਬੀਰ ਸਿੰਘ ਸਾਹਮਣਗੇ, ਇਹ ਆਮ ਲੋਕਾਂ ਤੋਂ ਕਿਉਂ ਨਹੀਂ ਪੁੱਛਿਆ ਜਾਂਦਾ? ਨਹੀਂ ਦੇਖੋ, ਇਹ ਆਮ ਲੋਕਾਂ ਤੋਂ ਪੁੱਛਣ ਵਾਲੀ ਗੱਲ ਨਹੀਂ। ਆਮ ਲੋਕਾਂ ਤੋਂ ਜਿਹੜੇ ਉਹਨਾਂ ਨਾਲ ਮੁੱਦੇ ਆ ਜਾਂ ਜਿਹੜੇ ਅਸੀਂ ਅਹੁਦੇਦਾਰ ਲੈਣੇ ਆ, ਖਹਿਰਾ ਸਾਹਿਬ ਕੋਲ ਲੈਜਿਸਲੇਟਿਵ ਵਿੰਗ ਆ ਅਤੇ ਜਿਹੜੀ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣਾ, ਜਿਹੜੀ ਕਿ ਫੁੱਲ ਟਾਈਮ ਜੋਬ ਹੈ ਜਿਹੜੀ ਕਿ ਮੈਂ ਕਰਨੀ ਆ, ਔਰ ਜਿਸ ਤਰ੍ਹਾਂ ਜਿਹੜੇ ਸਾਡੇ ਨੈਸ਼ਨਲ ਇਸ਼ੂਜ਼ ਆ ਭਗਵੰਤ ਮਾਨ ਜੀ ਨੇ ਪਾਰਲੀਮੈਂਟ ਚੁੱਕਣੇ ਆ, ਤੁਸੀਂ ਸਾਰੇ ਸਾਡਾ ਆਪਣਾ ਸਫੀਅਰ ਹੈਗਾ ਸਾਰਾ, ਇਹਦੇ 'ਚ ਕੋਈ ਮਤਲਬ ਕੋਈ ਆਪਸ ਵਿੱਚ ਸਾਡਾ ਕੋਈ ਕਲੈਸ਼ ਨਹੀਂ ਆ ਕਿਤੇ ਵੀ। ਸਾਡਾ ਆਪਣਾ ਆਪਣਾ ਅਸੀਂ ਕੰਮ ਕਰਨਾ ਔਰ ਆਪਸ 'ਚ ਮਿਲ ਕੇ ਕੋ ਜਿਹੜੀ ਆਪਸ ਵਿੱਚ ਕੋਆਰਡੀਨੇਸ਼ਨ ਕਰਨੀ ਆ। ਅਤੇ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਜਿਹੜਾ ਸਾਨੂੰ ਜਿਹੜੀ ਵੀ ਕੋਈ ਪਾਰਟੀ ਨਾਲ ਸੰਬੰਧਿਤ ਗੱਲ ਹੈ ਉਹ ਪਾਰਟੀ ਫੋਰਮ 'ਚ ਕਰਨੀ ਚਾਹੀਦੀ ਆ। ਪਾਰਟੀ ਫੋਰਮ ਤੋਂ ਬਾਹਰ ਜਾ ਕੇ ਗੱਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਇਸ ਦੇ ਖਿਲਾਫ਼ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਜਾਵੇ? ਦੇਖੋ, ਹਰ ਗੱਲ 'ਤੇ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਆਪਸ 'ਚ ਬੈਠ ਕੇ ਜਿਹੜੇ ਸਾਡੇ ਜਿਵੇਂ ਜਿੰਨੇ ਸਾਡੇ ਲੈਜਿਸਲੇਟਿਵ ਆ, ਜਿੰਨੇ MLA ਸਾਹਿਬਾਨ ਆ ਜਾਂ ਸਾਡੇ ਅਹੁਦੇਦਾਰ ਆ, ਉਹ ਵਾਸਟ ਮੈਜੋਰਟੀ ਮਤਲਬ ਜਿਹੜੀ ਉਹ ਇਹ ਚਾਹੁੰਦੇ ਆ ਵੀ ਸਾਰੇ ਲੀਡਰ ਜਿਹੜੇ ਹੈਗੇ ਆ, ਚਾਹੇ ਸੁਖਪਾਲ ਖਹਿਰਾ ਜੀ ਆ, ਮੈਂ ਆ ਜਾਂ ਭਗਵੰਤ ਮਾਨ ਜੀ, ਵੀ ਸੋਸ਼ਲ ਮੀਡੀਆ 'ਤੇ ਨਾ ਕੀਤਾ ਜਾਵੇ, ਉਹਨੂੰ ਪਾਰਟੀ ਫੋਰਮ 'ਚ ਰੱਖਿਆ ਜਾਵੇ। ਅਤੇ ਮੈਂ ਉਹਦਾ ਸਨਮਾਨ ਕਰਾਂਗਾ, ਮੈਂ ਉਮੀਦ ਕਰਦਾ ਕਿ ਸੁਖਪਾਲ ਖਹਿਰਾ ਜੀ ਵੀ ਉਸ ਚੀਜ਼ ਦਾ, ਉਹ ਸੈਂਟੀਮੈਂਟਸ ਦਾ, ਲੋਕਾਂ ਦੇ ਸੈਂਟੀਮੈਂਟ ਦਾ, ਪੰਜਾਬ ਦੇ ਲੋਕਾਂ ਦੇ ਔਰ ਪੰਜਾਬ ਜਿੰਨੇ ਆਪਣੇ ਵਲੰਟੀਅਰਸ ਆ ਔਰ ਸਾਡੇ ਅਹੁਦੇਦਾਰ ਆ, ਉਹਨਾਂ ਦੇ ਸੈਂਟੀਮੈਂਟਸ ਦਾ ਉਹ ਵੀ ਸਤਿਕਾਰ ਕਰਨਗੇ। MLAs ਦੀ ਤੁਸੀਂ ਗੱਲ ਕੀਤੀ, ਤੁਹਾਡੇ ਨਾਲ ਕਿੰਨੇ MLAs ਨੇ? ਦੇਖੋ, ਮੈਂ ਇਹਦੇ ਇਸ ਵਿਵਾਦ 'ਚ ਨਹੀਂ, ਇੱਥੇ ਮੈਂ ਇਹਦੇ ਬਾਰੇ ਗੱਲ ਨਹੀਂ ਕਰਾਂਗਾ, ਪਾਰਟੀ ਫੋਰਮ 'ਚ ਹੋਏਗਾ। MLA ਮੇਰੇ ਨਾਲ, ਸੁਖਪਾਲ ਖਹਿਰਾ ਜੀ ਜਾਂ ਭਗਵੰਤ ਮਾਨ ਨਾਲ ਜਾਂ ਅਰਵਿੰਦ ਕੇਜਰੀਵਾਲ ਨਾਲ ਨਹੀਂ ਆ, ਉਹ ਮੁੱਦਿਆਂ ਦੇ ਨਾਲ ਹੈ, ਇਸ਼ੂਜ਼ ਦੇ ਨਾਲ ਹੈ। ਕਿਸੇ ਇਸ਼ੂ 'ਤੇ ਉਹ ਮੇਰੇ ਨਾਲ ਸਹਿਮਤ ਹੋ ਸਕਦੇ ਆ, ਕਿਸੇ 'ਤੇ ਉਹ ਖਹਿਰਾ ਜੀ ਨਾਲ ਸਹਿਮਤ ਹੋ ਸਕਦੇ, ਕਿਸੇ ਹੋਰ 'ਤੇ ਸਹਿਮਤ ਹੋ ਸਕਦੇ ਆ। MLA ਵੀ ਇੱਕਜੁੱਟ ਨਹੀਂ ਹੈਗੇ, ਇਸ਼ੂ ਬੇਸਡ ਹੋਣੀ ਚਾਹੀਦੀ। MLA ਇੱਕਜੁੱਟ ਹੈ, ਬਿਲਕੁਲ ਇੱਕਜੁੱਟ ਹੈ, ਬਿਲਕੁਲ ਇੱਕਜੁੱਟ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਇਸ ਗੱਲ 'ਤੇ ਕਿਹਾ, ਉਹਨਾਂ ਨੇ ਇਹ ਯੂਨੈਨੀਮਸ ਹੈ ਕਿ ਸੋਸ਼ਲ ਮੀਡੀਆ 'ਤੇ ਜਿਹੜੀ ਪਾਰਟੀ ਫੋਰਮ ਨਾਲ ਸੰਬੰਧਿਤ ਹੈ, ਸੋਸ਼ਲ ਮੀਡੀਆ 'ਤੇ ਨਹੀਂ ਪਾਉਣੀ ਚਾਹੀਦੀ। ਪਾਰਟੀ ਫੋਰਮ ਦੇ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਨੇ, ਉਹਨਾਂ ਨੂੰ ਲੈ ਕੇ ਵੀ ਤੁਹਾਡੇ 'ਤੇ ਕਈ ਸਾਰੇ ਇਲਜ਼ਾਮ ਜਿਹੜੇ ਪਿਛਲੇ ਦਿਨੀਂ ਲੱਗੇ। ਕਈ ਲੋਕਾਂ ਨੇ ਅਸਤੀਫੇ ਦਿੱਤੇ, ਉਸ ਦੇ ਵਿੱਚ ਕਿਹਾ ਕਿ ਤੁਸੀਂ ਜਿਹੜੇ ਪਾਰਟੀ ਦੇ ਕਾਰਕੁਨ ਕੰਮ ਕਰ ਰਹੇ ਸੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਕੁਛ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ? ਨਹੀਂ, ਉਹ ਇਹਦੇ ਬਿਲਕੁਲ ਵਿਪਰੀਤ ਸੀ। ਮੈਂ ਸਾਰਿਆਂ ਨੂੰ ਬੁਲਾਇਆ ਜਦੋਂ ਮੈਂ ਆਇਆ, ਜਿੰਨੇ ਵੀ ਆਪਣੇ ਜਨਰਲ ਸੈਕਟਰੀ ਸੀ, ਵਾਈਸ ਪ੍ਰੈਜੀਡੈਂਟ ਸੀ, ਜ਼ਿਲ੍ਹਾ ਪ੍ਰਧਾਨ ਸੀ, ਕੁਛ ਹਲਕਾ ਇੰਚਾਰਜ ਸੀ, ਕੁਛ ਹਲਕਾ ਇੰਚਾਰਜ ਵਿਦੇਸ਼ਾਂ ਵਿੱਚ ਰਹਿ ਰਹੇ ਸੀ, ਅਤੇ ਹਲਕਾ ਪ੍ਰਧਾਨ ਆਪਣੇ ਹਲਕੇ 'ਚ ਨਾ ਹੋਵੇ ਇੱਕ ਸਾਲ ਤੋਂ, ਉਹ ਗੱਲ ਐਕਸੈਪਟੇਬਲ ਨਹੀਂ ਹੋ ਸਕਦੀ। ਇਸੇ ਤਰ੍ਹਾਂ ਕੁਛ ਜ਼ਿਲ੍ਹਾ ਪ੍ਰਧਾਨਾਂ ਦਾ ਸੀ, ਜਦੋਂ ਉਹਨਾਂ ਨੂੰ ਬੁਲਾਇਆ ਗਿਆ, ਜਨਰਲ ਸੈਕਟਰੀ ਨੂੰ 27 ਚੋਂ 7 ਆਏ, ਵਾਈਸ ਪ੍ਰੈਜੀਡੈਂਟ 1 ਜਾਂ 2 ਆਏ, ਅਤੇ ਜਿਹੜੇ ਬਾਕੀ ਸੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਜਿਸ ਤਰ੍ਹਾਂ ਕੋਈ ਜ਼ਿਲ੍ਹਾ ਪ੍ਰਧਾਨ ਆ ਕਿ ਤੁਸੀਂ ਪ੍ਰੈਕਟਿਸ ਕਰਨੀ ਆ, 5 ਦਿਨ ਆਪਣੀ ਪ੍ਰੈਕਟਿਸ ਕਰਨੀ ਆ, ਫਿਰ ਤੁਸੀਂ ਲੀਗਲ ਸੈਲ 'ਚ ਤੁਹਾਨੂੰ ਕੋਈ ਅਹੁਦਾ ਦੇ ਦਿੰਦੇ ਆ ਸਟੇਟ ਦਾ। ਉਹਨਾਂ ਨੂੰ ਹਟਾਇਆ ਨਹੀਂ ਗਿਆ ਸੀ, ਸਿਰਫ ਇੱਕ ਬੰਦੇ ਨੂੰ ਅਸੀਂ ਉਹਦੇ ਜਿਹੜੀ ਚੇਂਜ ਆਫ ਪੋਜੀਸ਼ਨ ਸੀ ਉਹਦੀ, ਉਹਦੇ ਰਿਐਕਸ਼ਨ ਦੇ ਵਿੱਚ ਜਿਹੜੇ 17 ਬੰਦੇ ਜਿਹੜੇ ਪੰਜਾਬ ਤੋਂ ਬਾਹਰ ਸੀ, ਜਿਨ੍ਹਾਂ ਨੂੰ ਮੈਂ NPS ਕਹਿ ਸਕਦਾ ਕਿ ਨੋਨ ਪਰਫੋਰਮਿੰਗ ਅਸੈਟਸ ਜਿਹੜੇ ਹੈਗੇ ਆ ਪਾਰਟੀ ਦੇ, ਉਹਨਾਂ ਨੇ ਆਪਣੇ ਆਪ ਰਿਜ਼ਾਈਨ ਕੀਤਾ। ਅਸੀਂ ਸਾਡੇ ਕੋਲ ਜਿਹੜੇ ਬੰਦੇ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ, ਜਿਹੜੇ ਕੰਮ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਮੌਕਾ ਦੇ ਦਿੱਤਾ। ਸੋ ਇਹਦੇ ਵਿੱਚ ਇਹ ਕਿੰਨੇ ਸੀਗੇ NPS ਜਿਹੜੇ ਸੀਗੇ, ਕਿੰਨੀ ਪਰਸੈਂਟੇਜ ਸੀਗੀ ਇਹਨਾਂ ਦੀ? ਦੇਖੋ, 17 ਬੰਦੇ ਤੁਹਾਡੇ ਸਾਹਮਣੇ ਆ ਗਏ, ਜਿਹੜੇ ਅਸੀਂ ਬਾਕੀ ਜਿਹੜੇ ਹੈਗੇ ਅਸੀਂ ਰਿਪਲੇਸ ਕਰਤੇ, ਉਹ ਪਾਰਟੀ ਨਾਲ ਸਹਿਮਤ ਹੈ, ਉਹਨਾਂ ਨੇ ਰਿਵੋਲਟ ਨਹੀਂ ਕੀਤਾ। ਉਹ ਕਹਿੰਦਾ ਜੀ ਸਾਡੇ ਕੋਲ ਟਾਈਮ ਨਹੀਂ, ਅਸੀਂ ਆਪਣਾ ਕੰਮ ਕਰਨਾ, ਵੀ ਤੁਸੀਂ ਕਿਸੇ ਹੋਰ ਬੰਦੇ ਨੂੰ ਲਗਾ ਦਿਉ। ਮੈਜੋਰਟੀ ਬੰਦੇ ਸਹਿਮਤ ਹੋ ਗਏ, ਇਹਨਾਂ ਦੇ ਵਿੱਚੋਂ 17 ਦੇ ਵਿੱਚੋਂ ਵੀ 4-5 ਬੰਦੇ ਜਿਹੜੇ ਹੈਗੇ ਉਹ ਇਨ ਟੱਚ ਹੈਗੇ ਆ, ਅਤੇ ਉਹ ਜਿਹੜੇ ਕੰਮ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਮੌਕਾ ਦੇ ਦਾਂਗੇ। ਜਿਹੜਾ ਵੀ ਆਏਗਾ 17 ਆਣਗੇ, 17 ਨੂੰ ਸਭ ਨੂੰ ਮੌਕਾ ਦੇ ਦਾਂਗੇ, ਲੇਕਿਨ ਤੁਸੀਂ ਉਹ ਵਾਲੀ ਜ਼ਿੰਮੇਵਾਰੀ ਲਓ ਜਿਹੜੀ ਤੁਸੀਂ ਪੂਰੀ ਕਰ ਸਕਦੇ ਹੋ। ਜਿਹੜਾ ਬੰਦਾ ਅਨੁਸ਼ਾਸਨ 'ਚ ਰਹੇਗਾ, ਜਿਹੜਾ ਬੰਦਾ ਕੰਮ ਕਰੇਗਾ, ਉਹਨੂੰ ਮੌਕਾ ਮਿਲੇਗਾ, ਉਹਨੂੰ ਤਰੱਕੀ ਵੀ ਮਿਲੇਗੀ, ਅੱਗੇ ਟਿਕਟਾਂ ਵੀ ਮਿਲਣਗੀਆਂ ਜਾ ਕੇ। ਡਾਕਟਰ ਬਲਬੀਰ ਸਿੰਘ ਦੇ ਆਉਣ ਤੋਂ ਬਾਅਦ ਜਿਹੜਾ ਐਕਸ਼ਨ ਹੁੰਦਾ NPS ਕਾਊਂਟ ਹੁੰਦੇ ਆ, ਤੁਹਾਡੇ ਆਉਣ ਤੋਂ ਪਹਿਲਾਂ ਇਹਨਾਂ NPS ਨੂੰ ਕੌਣ ਸਾਂਭ ਰਿਹਾ ਸੀ ਪਾਰਟੀ ਦੇ ਵਿੱਚ? ਕੋਈ ਵੀ ਨਹੀਂ ਸਾਂਭ ਰਿਹਾ ਸੀ, ਪਾਰਟੀ ਦੀ ਕੋਈ ਐਕਟੀਵਿਟੀ ਨਹੀਂ ਸੀ 1 ਸਾਲ ਤੋਂ। ਪਾਰਟੀ ਦਾ ਮਤਲਬ ਪੰਜਾਬ ਦੇ ਵਿੱਚ ਕੋਈ ਦਫ਼ਤਰ ਨਹੀਂ ਸੀ, ਕੋਈ ਪੁੱਛਣ ਵਾਲਾ ਨਹੀਂ ਸੀ, ਕੋਈ ਦੱਸਣ ਵਾਲਾ ਨਹੀਂ ਸੀ। ਪਾਰਟੀ ਮਤਲਬ ਤੁਸੀਂ ਕਹਿ ਲਓ ਵੀ ਆਟੋ ਗੇਅਰ ਦੇ ਉੱਤੇ ਕਿਤੇ ਵੀ ਕੋਈ ਦਫ਼ਤਰ ਨਹੀਂ ਸੀ। ਅਸੀਂ ਹੁਣ ਸਾਰਾ ਹੈੱਡ ਆਫਿਸ, ਅਸੀਂ ਬਲਾਕ ਪੱਧਰ ਤੱਕ ਜਿਹੜੇ ਸਾਰੇ ਜ਼ਿਲ੍ਹਾ ਪ੍ਰਧਾਨ ਲਗਾ ਤੇ, ਹਲਕਾ ਪ੍ਰਧਾਨ ਅਸੀਂ ਲਗਾ ਦਾਂਗੇ, 13 ਅਗਸਤ ਨੂੰ ਮਨੀਸ਼ ਸਿਸੋਦੀਆ ਜੀ, ਭਗਵੰਤ ਮਾਨ ਜੀ, ਸੁਖਪਾਲ ਖਹਿਰਾ ਜੀ, ਅਸੀਂ ਸਾਰੇ ਜਣੇ ਇਕੱਠੇ ਹੋ ਕੇ ਪੰਚਾਇਤ ਦੀਆਂ ਇਲੈਕਸ਼ਨਸ ਦਾ, ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ ਦਾ ਬਿਗਲ ਵਜਾਵਾਂਗੇ। ਅਤੇ ਉਸ ਤੋਂ ਪਹਿਲਾਂ ਕੋਈ ਮਤਲਬ ਸੀਗਾ ਹੀ ਨਹੀਂ, ਪਾਰਟੀ ਦਾ ਢਾਂਚਾ ਹੀ ਨਹੀਂ ਸੀਗਾ, ਕਿਤੇ 60 ਬੰਦੇ ਜਿਹੜੇ ਸੀਗੇ ਹਲਕਾ ਪ੍ਰਧਾਨ ਹੀ ਹੈ ਨਹੀਂ ਤੁਹਾਡੇ ਕੋਲ,
ਜਿਨ੍ਹਾਂ ਦੇ ਹੁਣ ਜਿਹੜੀਆਂ ਡਰੱਗਸ ਨਾਲ ਮੌਤਾਂ ਹੋਈਆਂ ਸੀ ਉਹਨਾਂ ਦੇ ਘਰਾਂ 'ਚ ਜਾ ਕੇ ਆਏ ਹਾਂ। ਫਿਰ ਅਹੁਦਿਆਂ ਦੀ ਰੇਵੜੀ ਕਿੰਨੇ ਬਣੀ? ਜਿਹੜੇ ਐਨ ਪੀ ਐਸ ਨੂੰ ਅਹੁਦੇ ਦਿੱਤੇ ਗਏ, ਜ਼ਿਲ੍ਹਾ ਪ੍ਰਧਾਨ ਲਾਇਆ ਗਿਆ, ਇਹਨਾਂ ਨੇ ਵੀ ਤਾਂ ਅਹੁਦੇ ਦਾ ਫਾਇਦਾ ਲਿਆ ਹੋਣਾ। ਉਹ ਕਿਤੇ ਨਾ ਕਿਤੇ ਜਿਹੜੇ ਮੇਰੇ ਤੋਂ ਪਹਿਲੇ ਜਿਹੜੇ ਸੀਗੇ ਬੰਦੇ, ਉਹ ਮਤਲਬ ਨਿਚਲੀ ਉਹਨਾਂ ਨੇ ਹੀ ਵੰਡੀ ਨਾ, ਜਿਹੜਾ ਵੀ ਪਹਿਲਾਂ ਕੇਸ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੂੰ, ਸੁਖਪਾਲ ਖਹਿਰਾ ਨੂੰ, ਭਗਵੰਤ ਮਾਨ ਨੂੰ ਸੀ? ਦੇਖੋ ਇਹਦੇ ਵਿੱਚ ਜਦੋਂ ਇਲੈਕਸ਼ਨ ਤੋਂ ਬਾਅਦ ਜਦੋਂ ਅਸੀਂ ਵਿਰੋਧੀ ਧਿਰ ਬਣਿਆ, ਇਹ ਮੈਂ ਉਹਦੇ ਵਿੱਚ ਸੀਗਾ ਜਿਹੜੀ 2017 ਮਾਰਚ ਵਿੱਚ ਮੀਟਿੰਗ ਹੋਈ ਸੀ ਦਿੱਲੀ 'ਚ, ਉਹਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਜੀ, ਸੁਖਪਾਲ ਖਹਿਰਾ ਜੀ ਔਰ ਅਮਨ ਅਰੋੜਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਸੋ ਮਤਲਬ ਇਹ ਤਿੰਨ ਬੰਦਿਆਂ ਨੂੰ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਸੀ ਔਰ ਟੋਟਲ ਅਟੋਨਮੀ ਵੀ ਦਿੱਤੀ ਸੀ, ਜਿਹੜੀ ਕਿ ਹੁਣ ਵੀ ਹੈ ਸਾਡੇ ਕੋਲ। ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹ ਕਿਤੇ ਇੰਟਰਫੀਅਰ ਨਹੀਂ ਕਰਦੀ, ਬਿਲਕੁਲ ਸਾਨੂੰ ਮਤਲਬ ਇੱਕ ਅਟੋਨਮੀ। ਤੁਸੀਂ ਐਨ ਪੀ ਐਸ ਕੱਢੇ, ਐਨ ਪੀ ਐਸ ਨੂੰ ਟਾਰਗੇਟ ਕੀਤਾ, ਉਹਨਾਂ ਨੂੰ ਬਾਹਰ ਦਾ ਰਾਹ ਦਿਖਾਇਆ, ਤਾਂ ਕਿਤੇ ਨਾ ਕਿਤੇ ਪਾਰਟੀ ਵਿੱਚ ਪਹਿਲਾਂ ਵੀ ਇਹਨਾਂ ਦੀ ਪਰਫੋਰਮੈਂਸ ਤਾਂ ਚੈੱਕ ਹੁੰਦੀ ਹੋਣੀ ਹੈ ਕਿ ਪਾਰਟੀ ਚੱਲੀ ਜਾ ਰਹੀ ਸੀ, ਬਸ ਹਵਾ 'ਚ ਚੱਲ ਰਹੀ ਸੀ? ਬਸ ਇੱਦਾਂ ਚੱਲ ਰਹੀ ਸੀ ਜੀ, ਇੱਕ ਲੈਜਿਸਲੇਟਿਵ ਵਿੰਗ ਚੱਲੀ ਜਾਂਦਾ ਸੀ, ਉਹੀ ਪਾਰਟੀ ਲੱਗਦੀ ਸੀ, ਪਾਰਟੀ ਦੀ ਐਕਟੀਵਿਟੀ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਸੀ। ਔਰ ਜੋ ਤੁਹਾਨੂੰ ਸਗੋਂ ਇਹ ਲੱਗਣ ਲੱਗ ਗਿਆ ਸੀਗਾ ਕਿ ਸ਼ਾਇਦ ਵਿਰੋਧੀ ਧਿਰ ਅਕਾਲੀ ਦਲ ਹੈ, ਉਹ ਹੁਣ ਜਿਹੜੀ ਸਾਡੀ ਪੋਜੀਸ਼ਨ ਹੈ, ਰਾਈਟਫੁਲ ਪੋਜੀਸ਼ਨ ਹੈ, ਹੁਣ ਤੁਹਾਨੂੰ ਪੰਜਾਬ 'ਚ ਤੁਸੀਂ ਆਪ ਦੱਸ ਦਿਓ ਵੀ ਕਿਹੜੀ ਪਾਰਟੀ ਆ ਜਿਹੜੀ ਵਿਰੋਧੀ ਧਿਰ ਦੇ ਸਾਹਮਣੇ ਮਤਲਬ ਹਰ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰ ਰਹੀ ਹੈ। ਤੁਹਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਅਕਾਲੀ ਦਲ ਨੇ ਕਿਤੇ ਨਾ ਕਿਤੇ ਟੇਕ ਓਵਰ ਕੀਤਾ ਤੁਹਾਨੂੰ ਵਿਰੋਧੀ ਧਿਰ ਦੇ ਮਾਮਲੇ ਵਿੱਚ? ਨਹੀਂ, ਉਹ ਕੀਤਾ ਸੀ, ਅਸੀਂ ਓਪੋਜੀਸ਼ਨ ਜਿਹੜੀ ਆਪਣੀ ਰੀਗੇਨ ਕਰ ਲਈ ਹੈ ਹੁਣ ਪਿਛਲੇ 2-3 ਮਹੀਨੇ 'ਚ। ਤੁਹਾਨੂੰ ਅਕਾਲੀ ਦਲ ਨਸ਼ਿਆਂ ਦੇ ਖਿਲਾਫ਼ ਕਿੱਥੇ ਨਜ਼ਰ ਆ ਰਹੀ ਹੈ, ਮਾਫੀਆ ਦੇ ਖਿਲਾਫ਼ ਕਿੱਥੇ ਲੜਾਈ ਲੜ ਰਿਹਾ? ਦੇ ਆਰ ਪਾਰਟ ਆਫ ਦੀ ਮਾਫੀਆ। ਅਤੇ ਇਹ ਤਾਂ ਪੰਜਾਬ ਦੀ ਬਦਕਿਸਮਤੀ ਸੀ ਕਿ ਜਿਹੜਾ ਜਿਹੜੀ ਪਾਰਟੀ ਤੋਂ ਉਹਨਾਂ ਨੂੰ ਉਮੀਦ ਸੀ, ਹੁਣ ਸਾਡੇ ਕੋਲੋਂ ਅੱਜ ਵੀ ਸਾਨੂੰ ਲੋਕ ਸਾਡੇ ਕੋਲੋਂ ਉਮੀਦ ਕਰਦੇ ਆ ਔਰ ਅਸੀਂ ਉਸ ਉਮੀਦ 'ਤੇ ਖਰੇ ਵੀ ਉਤਰਾਂਗੇ। ਅਸੀਂ ਬਿਲਕੁਲ ਪਾਰਟੀ ਨੂੰ ਔਰਗਨਾਈਜ਼ ਕਰਕੇ, ਮੈਂ ਜਿਸ ਤਰ੍ਹਾਂ ਕਿਹਾ ਕਿ 5,000 ਬੰਦੇ 13 ਅਗਸਤ ਨੂੰ ਔਰ ਅਕਤੂਬਰ ਨਵੰਬਰ ਦੇ ਵਿੱਚ ਅਸੀਂ 50,000 ਬੰਦੇ ਦਾ ਕੈਡਰ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਕਾਰਡ ਬਣਾ ਕੇ, ਸਮਾਰਟ ਕਾਰਡ ਬਣਾ ਕੇ, ਉਹਨਾਂ ਦੇ ਬੈਜਸ ਲਗਾ ਕੇ ਅਸੀਂ ਉਸ ਵੇਲੇ ਜਿਹੜੇ ਇਲਜ਼ਾਮ ਲੱਗਦੇ ਆ ਬਲਬੀਰ ਸਿੰਘ ਜੀ, ਜਿਹੜੇ ਇਲਜ਼ਾਮ ਲੱਗਦੇ ਉਹ ਪੈਸਿਆਂ ਨਾਲ ਜੁੜੇ ਹੁੰਦੇ ਆ ਤੁਹਾਡੇ 'ਤੇ ਇਲਜ਼ਾਮ? ਤੁਸੀਂ ਜਿਹੜੀ ਗੱਲ ਕਹੀ ਤੁਹਾਡੇ 'ਤੇ ਆ, ਜਿਹੜੀ ਗੱਲ ਸੁਖਪਾਲ ਖਹਿਰਾ ਕੋਰਟ ਕਰੇ ਨੇ ਕਿ ਤੁਸੀਂ ਪੈਸੇ ਦੇ ਲੈਣ ਦੇਣ ਦੇ ਇਲਜ਼ਾਮ ਲਾਏ, ਇਸ ਤੋਂ ਪਹਿਲਾਂ ਛੋਟੇ ਪੁੰਨੂ ਪਾਰਟੀ ਉਬਾਰ ਕੀਤਾ ਗਿਆ ਸੀ, ਉਹਨਾਂ 'ਤੇ ਪੈਸੇ ਦੇ ਲੈਣ ਦੇਣ ਦੇ ਇਲਜ਼ਾਮ ਸੀਗੇ। ਚੋਣਾਂ ਵੇਲੇ ਸੰਜੇ ਸਿੰਘ ਨੂੰ ਲੈ ਕੇ ਕਈ ਆਗੂਆਂ ਨੇ ਸਵਾਲ ਚੁੱਕਿਆ ਕਿ ਪੈਸੇ ਦਾ ਲੈਣ ਦੇਣ ਹੋਇਆ ਟਿਕਟਾਂ ਨੂੰ ਲੈ ਕੇ। ਇਹ ਉੱਧਰ ਦੂਜੇ ਪਾਸੇ NRI ਮਨਾ ਕਰ ਦਿੰਦੇ ਆ, ਸਿੱਖ ਫੋਰ ਜਸਟਿਸ ਦਾ ਟਵੀਟ ਆਇਆ ਕਿ ਚੰਗਾ ਹੋਇਆ 2 MLAs ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ, ਅਸੀਂ ਕੈਸ਼ ਕਾਊ ਨਹੀਂ ਬਣਾਂਗੇ ਹੁਣ ਕਿਸੇ ਵੀ ਸਿਆਸੀ ਪਾਰਟੀ ਲਈ। ਇਹ ਪੈਸੇ ਵਾਲਾ ਕੀ ਮਸਲਾ ਆਮ ਆਦਮੀ ਪਾਰਟੀ ਨਾਲ? ਨਹੀਂ, ਕੋਈ ਮਸਲਾ ਨਹੀਂ ਹੈ, ਮੈਂ ਖਹਿਰਾ ਸਾਹਿਬ 'ਤੇ ਕੋਈ ਇਲਜ਼ਾਮ ਨਹੀਂ ਲਗਾਇਆ, ਉਹਨਾਂ ਨੇ ਆਪ ਹੀ ਕਿਹਾ, ਉਹਨਾਂ ਨੇ ਮਤਲਬ ਸੈਲਫ ਇਨਫਲੈਕਟਡ ਇੰਜਰੀ ਕਹਿ ਸਕਦੇ ਨਹੀਂ, ਓਵਰਆਲ ਗੱਲ ਕਰ ਰਹੇ ਹਾਂ, ਤੁਸੀਂ ਨਹੀਂ ਕਿਹਾ ਪਰ ਓਵਰਆਲ ਉਹਨਾਂ ਨੇ, ਠੀਕ ਹੈ ਜੀ, ਮੈਂ ਨਹੀਂ ਕਿਹਾ। ਦੇਖੋ ਗੱਲ ਇਹ ਹੈਗੀ ਆ ਵੀ ਕੋਈ ਵੀ ਪਾਰਟੀ ਉਹਦੀ ਫੰਡਿੰਗ ਹੁੰਦੀ ਹੈ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਉਹਦਾ ਸਾਰਾ ਜਿਹੜਾ ਹੈਗਾ ਬਿਲਕੁਲ ਟਰਾਂਸਪੇਰੈਂਟ ਔਰ ਅਸੀਂ ਜਿੰਨੀ ਵੀ ਅਸੀਂ ਫੰਡਿੰਗ ਲੈ ਰਹੇ ਹਾਂ ਥਰੂ ਚੈੱਕ ਲੈ ਰਹੇ ਹਾਂ ਔਰ ਨੈਸ਼ਨਲ ਜਿਹੜਾ ਸਾਡਾ ਅਕਾਊਂਟ ਆ ਉਹਦੇ ਵਿੱਚੋਂ ਦੀ ਸਾਨੂੰ ਉਹਦੇ ਵਿੱਚੋਂ ਹੋ ਕੇ ਆ ਰਹੇ ਆ ਔਰ ਲੋਕ ਸਾਨੂੰ ਫੰਡਿੰਗ ਕਰ ਰਹੇ ਆ ਸਾਡੀ। ਮੈਂ ਇੱਕ ਬਹੁਤ ਵਧੀਆ ਟਰਾਂਸਪੇਰੈਂਟ ਸਿਸਟਮ, ਮੈਂ ਇੱਕ ਫਾਰਮ ਪ੍ਰਿੰਟ ਕਰਾਇਆ ਉਹਦੇ 'ਤੇ ਅਸੀਂ ਬੰਦੇ ਤੋਂ ਸਾਈਨ ਕਰਾਉਂਦੇ ਹਾਂ, ਉਹ ਹਰ ਮਹੀਨੇ ਜਿਹੜਾ ਵੀ 100-500 ਹਜ਼ਾਰ ਰੁਪਏ ਦੇਣਾ ਚਾਹੁੰਦਾ ਉਹ ਕੱਟ ਜਾਣਗੇ। ਸੋ ਅਲਟੀਮੇਟਲੀ ਮੇਰਾ ਏਮ ਹੈ ਕਿ ਅਸੀਂ 5,000 ਜਿਹੜੇ ਡੋਨਰ ਹੈਗੇ ਆ ਪੰਜਾਬ ਦੇ ਵਿੱਚੋਂ, ਜਿਹੜਾ ਕਿ ਬਹੁਤ ਵੱਡਾ ਨੰਬਰ ਨਹੀਂ ਹੈ, ਜਿਹਨਾਂ ਨੇ 500 ਜਾਂ 1,000 ਰੁਪਇਆ ਦੇਣਾ, ਸਮਾਲ ਡੋਨੇਸ਼ਨ ਫਰੋਮ ਲਾਰਜ ਨੰਬਰ ਆਫ ਪੀਪਲ, ਅਤੇ ਬਹੁਤ ਸਾਰੇ ਲੋਕ ਦਾਨ ਕਰਨ, ਥੋੜ੍ਹਾ ਥੋੜ੍ਹਾ ਦਾਨ ਕਰਨ, ਅਸੀਂ ਲੋਕਾਂ ਪ੍ਰਤੀ ਵਫ਼ਾਦਾਰ ਵੀ ਰਹਾਂਗੇ, ਉਹਨਾਂ ਦੇ ਪ੍ਰਤੀ ਜਵਾਬਦੇਹ ਵੀ ਹੋਵਾਂਗੇ। ਜਿਹੜੀਆਂ ਹੋਣ ਵਾਲੀਆਂ ਪਾਰਟੀਆਂ ਇਹ ਮਾਫੀਆ ਕੋਲੋਂ ਪੈਸੇ ਲੈਂਦੀਆਂ, ਕੇਬਲ ਮਾਫੀਆ ਤੋਂ ਲੈ ਲਿਆ, ਸੈਂਡ ਮਾਫੀਆ ਤੋਂ ਲੈ ਲਿਆ 100 ਕਰੋੜ ਲੈ ਲਿਆ, ਡਰੱਗ ਮਾਫੀਆ ਤੋਂ 500 ਕਰੋੜ ਲੈ ਲਿਆ, ਉਹ ਵੰਡ ਦਿੱਤੇ, ਇਹ ਨਸ਼ੇ ਵੰਡ ਕੇ ਅਤੇ ਵੇਚ ਕੇ ਇਲੈਕਸ਼ਨ ਲੜਦੇ, ਅਸੀਂ ਨਸ਼ਿਆਂ ਦਾ ਵਿਰੋਧ ਕਰਕੇ ਇਲੈਕਸ਼ਨ ਲੜਦੇ। ਤੁਹਾਡੇ ਅਤੇ ਖਹਿਰਾ ਸਾਹਿਬ ਦੇ ਵਿਚਾਲੇ ਇਸ ਵੇਲੇ ਮਨਭੇਦ ਹੈ ਜਾਂ ਮਤਭੇਦ ਹੈ? ਮਨਭੇਦ ਕੋਈ ਨਹੀਂ ਹੈ, ਮਤਭੇਦ ਡੈਮੋਕ੍ਰੇਸੀ 'ਚ ਹੁੰਦੇ, ਅਸੀਂ ਦੂਰ ਕਰ ਲਵਾਂਗੇ। ਮਨਭੇਦ ਸਾਡਾ ਉਹਨਾਂ ਦਾ ਆਪਣਾ ਸਫੀਅਰ ਹੈ, ਮੇਰਾ ਆਪਣਾ ਸਫੀਅਰ ਹੈ, ਸਾਡਾ ਜਿਹੜਾ ਅਲਟੀਮੇਟ ਗੋਲ ਇੱਕ ਹੈ ਕਿ ਅਸੀਂ ਕਰਪਸ਼ਨ ਫਰੀ, ਮਾਫੀਆ ਫਰੀ ਸੁਸਾਇਟੀ ਚਾਹੁੰਦੇ ਹਾਂ। ਉਹ ਖਹਿਰਾ ਸਾਹਿਬ ਵੀ ਇਹੀ ਚਾਹੁੰਦੇ ਆ, ਇਹਦੇ ਬਾਰੇ ਕੋਈ ਉਹ ਨਹੀਂ ਹੈ, ਉਹ ਵੀ ਇਹੀ ਚਾਹੁੰਦੇ ਆ, ਲੇਕਿਨ ਕੰਮ ਕਰਨ ਦੀ ਜਿਹੜੀ ਸ਼ੈਲੀ ਆ, ਹੋ ਸਕਦਾ ਉਹਨਾਂ ਨੂੰ ਮੇਰੀ ਪਸੰਦ ਨਾ ਆਉਂਦੀ ਹੋਵੇ, ਮੈਨੂੰ ਉਹਨਾਂ ਦੀ ਪਸੰਦ ਨਾ ਆਉਂਦੀ ਹੋਵੇ। ਅਸੀਂ ਦੋਵੇਂ ਵੱਡੇ ਅਹੁਦਿਆਂ 'ਤੇ ਮੌਜੂਦ ਹੋ ਪਾਰਟੀ ਦੇ, ਇੱਕ ਕਾਮਨ ਵਰਕਰ, MLAs ਜਿਹੜੇ ਸਿਰਫ MLAs ਨੇ ਜਿਨ੍ਹਾਂ ਕੋਲ ਕੋਈ ਅਹੁਦੇ ਨਹੀਂ ਹੈਗੇ, ਉਹਨਾਂ ਲਈ ਕੀ ਇਹ ਟੈਨਸ਼ਨ ਵਾਲੀ ਪੋਜੀਸ਼ਨ ਨਹੀਂ ਹੈ ਕਿ ਉਹ ਤੁਹਾਡੀ ਗੱਲ ਮੰਨਣ ਜਾਂ ਖਹਿਰਾ ਦੀ ਗੱਲ ਮੰਨਣ? ਬਹੁਤ ਜ਼ਿਆਦਾ ਸਾਡੇ ਵਰਕਰਸ ਜਿਹੜੇ ਹੈਗੇ ਆ ਬਹੁਤ ਹਾਰਟ ਫੀਲ ਕਰਦੇ ਆ। ਸੋ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ, ਮੈਂ ਜੋ ਵੀ ਪਿੱਛੇ ਇੱਕ ਅੱਧਾ ਕੋਈ ਐਪੀਸੋਡ ਹੋਇਆ ਸੀ, ਮੈਂ ਸੋਚ ਲਿਆ ਵੀ ਜੇ ਮੈਨੂੰ ਕਿਤੇ ਮਤਲਬ ਇਹ ਆ ਕਿ ਮੈਂ ਸੱਚ ਬੋਲਣ ਦੀ ਬਜਾਏ ਵੀ ਚੁੱਪ ਰਹਾਂ ਅਤੇ ਪਾਰਟੀ ਨੂੰ ਫਾਇਦਾ ਹੋ ਜਾਵੇ, ਮੈਂ ਅੱਗੇ ਤੋਂ ਇਹੀ ਕਰਾਂਗਾ। ਮੈਂ ਬਿਲਕੁਲ ਕਦੇ ਵੀ ਆਪਣੇ ਜਿਹੜੇ ਵਲੰਟੀਅਰਸ ਆ ਜਾਂ MLA ਸਾਹਿਬਾਨ ਆ ਉਹਨਾਂ ਦੇ ਸੈਂਟੀਮੈਂਟਸ ਨੂੰ, ਲੋਕਾਂ ਦੇ ਸੈਂਟੀਮੈਂਟਸ ਨੂੰ ਹਰਟ ਨਹੀਂ ਕਰਾਂਗਾ ਔਰ ਕਦੇ ਵੀ ਕਿਸੇ ਵੀ ਗੱਲ ਉੱਤੇ ਜਿਹੜਾ ਸੋਸ਼ਲ ਮੀਡੀਆ ਹੈਗਾ ਪਾਰਟੀ ਫੋਰਮ 'ਤੇ ਗੱਲ ਕਰਾਂਗਾ ਜਿਹੜੀ ਵੀ ਕਰਨੀ ਹੋਵੇਗੀ। ਖਹਿਰਾ ਦੇ ਐਗਰੈਸ਼ਨ ਦੇ ਅੱਗੇ ਤੁਸੀਂ ਗੋਡੇ ਟੇਕ ਰਹੇ ਹੋ? ਨਹੀਂ, ਮੈਂ ਗੋਡੇ ਨਹੀਂ ਟੇਕ ਰਿਹਾ, ਮੈਂ
ਤੇ ਉਹਨੂੰ ਸੋਚ ਸਮਝ ਕੇ ਸੋਸ਼ਲ ਮੀਡੀਆ ਨੂੰ ਬਹੁਤ ਜੁਡੀਸ਼ੀਅਸਲੀ ਯੂਜ਼ ਕਰਨਾ ਚਾਹੀਦਾ। ਓਵਰ ਵਾਲੀ ਪ੍ਰੋਬਲਮ ਹੈ ਇਸ ਚੀਜ਼ ਨੂੰ ਜਿਹੜੇ ਹਾਈਕਮਾਂਡ ਬੈਠੇ ਉਹ ਵਾਚ ਕਰ ਰਹੀ ਹੈ। ਬਿਲਕੁਲ ਜੀ ਬਿਲਕੁਲ, ਹਾਈਕਮਾਂਡ ਦਾ ਕੰਮ ਹੈ, ਆਪਣਾ ਕੰਮ ਕਰ ਰਹੀ ਹੈ, ਹਾਈਕਮਾਂਡ ਆਪਣਾ ਕੰਮ ਕਰ ਰਹੀ ਹੈ, ਸਾਰੇ ਜਣੇ ਅਸੀਂ ਆਪਣਾ ਆਪਣਾ ਕੰਮ ਕਰ ਰਹੇ ਹਾਂ। ਦੇ ਵਿਲ ਟੇਕ ਕੋਗਨੀਜੈਂਸ ਔਰ ਉਹਨਾਂ ਕੋਲ ਜਾਏਗਾ ਮੈਟਰ, ਆਪੇ ਸੌਟ ਆਊਟ ਕਰਨਗੇ ਜੀ, ਇਟਸ ਦੇਅਰ ਡੋਮੇਨ। ਫਰਦਰ ਅਸੀਂ ਕਦੋਂ ਤੱਕ ਮੰਨੀਏ ਕਿ ਸਾਰੀ ਚੀਜ਼ ਖਤਮ ਹੋ ਕੇ ਇੱਕ ਸਟੇਜ 'ਤੇ ਸਾਰਾ ਕੁਛ ਨਜ਼ਰ ਆਏਗਾ, ਕਿਉਂਕਿ ਜਦੋਂ ਤੁਸੀਂ ਇੱਕ ਸਟੇਜ 'ਤੇ ਵੀ ਆਉਂਦੇ ਹੋ ਉਦੋਂ ਮੀਡੀਆ ਦੇ ਸਾਹਮਣੇ ਵੀ ਲੜ ਪੈਂਦੇ ਹੋ? ਮੀਡੀਆ ਦੇ ਸਾਹਮਣੇ ਉਹ ਦੈਟਸ ਏ ਪਾਸਟ, ਵੀ ਹੈਵ ਲੈਫਟ ਇਟ ਬਿਹਾਈਂਡ, ਉਹ ਗੱਲ ਖਤਮ ਹੋ ਚੁੱਕੀ ਆ। 13 ਅਗਸਤ ਨੂੰ ਫਿਰ ਅਸੀਂ ਸਾਰੇ ਤੁਹਾਨੂੰ ਇਕੱਠੇ ਨਜ਼ਰ ਆਵਾਂਗੇ ਔਰ ਮਿਲ ਕੇ ਚੱਲਾਂਗੇ, ਔਰ ਉਸ ਤੋਂ ਪਹਿਲਾਂ ਵੀ ਨਜ਼ਰ ਆਵਾਂਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਥੈਂਕ ਯੂ ਥੈਂਕ ਯੂ। ਸੋ ਇਹ ਸਨ ਡਾਕਟਰ ਬਲਬੀਰ ਸਿੰਘ। ਕਈ ਸਾਰੇ ਮਨਭੇਦ ਨਹੀਂ ਹੈਗੇ, ਮਤਭੇਦ ਹੋ ਸਕਦੇ ਆ, ਦੂਰ ਕਦੋਂ ਤੱਕ ਹੋਣਗੇ? 13 ਅਗਸਤ ਤਰੀਕ ਮਿੱਥੀ ਗਈ ਹੈ, 13 ਅਗਸਤ ਨੂੰ ਕੀ ਹੋਏਗਾ ਇਸ 'ਤੇ ਨਜ਼ਰ ਬਣਾ ਕੇ ਰੱਖਾਂਗੇ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਗਗਨਦੀਪ ਚੌਹਾਨ, ਜਸ ਪੰਜਾਬੀ, ਚੰਡੀਗੜ੍ਹ।